ਜੀਤ ਸਿੰਘ ਸੰਧੂ ਦਾ ਨਾਵਲ ਜੰਗ ਿਉਂ ਵੀ 18ਵਾਂ ਬਿੱਲੂ ਤੇ ਚੀਨਾ ਜੇਲ੍ਹ ਚ ਸਨ ਉਹਨਾਂ ਦੇ ਵਕੀਲ ਨੇ ਬਹੁਤ ਜ਼ੋਰ ਲਾਇਆ ਸੀ ਪਰ ਜ਼ਮਾਨਤ ਨਹੀਂ ਹੋਈ ਸੀ ਏਪੀਸੀ 376 302 ਤਹਿਤ ਮੁਕੱਦਮਾ ਦਰਜ ਹੋਇਆ ਤਫਤੀਸ਼ੀ ਨੇ ਭਾਵੇਂ ਆਪਣੇ ਵੱਲੋਂ ਢਿੱਲ ਵਰਤਨ ਦੀ ਹਾਮੀ ਉਟੀ ਸੀ ਪਰ ਉਹਨੂੰ ਵੀ ਢਿੱਲ ਵਰਤਣੀ ਔਖੀ ਹੋ ਗਈ ਸੀ ਆਤਮ ਹੱਤਿਆ ਦਾ ਕਾਰਨ ਰੇਪ ਸੀ ਸਭ ਤੋਂ ਅਹਿਮ ਗੱਲ ਤਾਂ ਮੋਨਾ ਦੇ ਆਪਣੇ ਬਿਆਨ ਸਨ ਡਾਕਟਰ ਦੀ ਰਿਪੋਰਟ ਵੀ ਨਹੀਂ ਛੁਟਲਾਈ ਜਾ ਸਕਦੀ ਸੀ ਉਹ ਵੀ ਕਿਸੇ ਲਾਲਚ ਵਿੱਚ ਨਹੀਂ ਵਿੱਚ ਨਹੀਂ ਆਇਆ ਸੀ ਭੰਤ ਹਨੂਮਾਨ ਮੀਤਾਂ ਤੇ ਰਾਣੀ ਦੀ ਗਵਾਹੀ ਵੀ ਰਖਵਾਈ ਗਈ ਸੀ ਕਿ ਮਿਲ ਵਿੱਚ ਬਿੱਲੂ ਹੋਣਾ ਦਾ ਚਲਨ ਠੀਕ ਨਹੀਂ ਸੀ ਅਜੇ ਗਵਾਹੀਆਂ ਹੋਰ ਰਖਵਾਉਣੀਆਂ ਬਾਕੀ ਸੀ ਬਿੱਲੂ ਦੇ ਕਈ ਸਾਥੀ ਸ਼ਰਿਆਮ ਕਹਿੰਦੇ ਫਿਰਦੇ ਸੀ ਗਵਾਹਾਂ ਵਾਲਾ ਕੰਡਾ ਵੀ ਕੱਢਿਆ ਜਾਏਗਾ ਉਹਨਾਂ ਦੀਆਂ ਧਮਕੀਆਂ ਜਦ ਹੱਦ ਟੱਪ ਗਈਆਂ ਤਾਂ ਗੁਰਬੰਤ ਨੇ ਇੱਕ ਦਿਨ ਸ਼ਰਿਆਮ ਗੁੰਡਾ ਅੰਸਰਾਂ ਨੂੰ ਮਿਲਦੇ ਗੇਟ ਤੇ ਵੰਗਾਰਦਿਆਂ ਅੱਖਿਆਰ ਜੇ ਕੋਈ ਵੀ ਕਿਸੇ ਮਹਿਲਾ ਮਿਲ ਵਰਕਰ ਨਾਲ ਬਦਸਲੂਕੀ ਕਰਦਾ ਵੇਖਿਆ ਗਿਆ ਉਹ ਆਪ ਦਾ ਪੜਿਆ ਵਿਚਾਰ ਲਵੇ ਸਹਿਨਸ਼ੀਲਤਾ ਦੀ ਇੱਕ ਹੱਦ ਹੁੰਦੀ ਹੈ ਜਦ ਜਵਾਬ ਦੇ ਗਈ ਤਾਂ ਚੂੜੀਆਂ ਕਿਸੇ ਦੇ ਵੀ ਨਹੀਂ ਪਾਈਆਂ ਹੁੰਦੀਆਂ ਇਹ ਮਿਲ ਦੇ ਵਰਕਰਾਂ ਨੂੰ ਮਿਲ ਦੇ ਗੇਟ ਤੇ ਰੋਕ ਕੇ ਉਸ ਵੇਲੇ ਆਖਿਆ ਸੀ ਜਦ ਬਿੱਲੂ ਪੱਖੇ ਵੀ ਮੌਜੂਦ ਸਨ ਗੁਰਬੰਦ ਸਟੈਂਡ ਤੋਂ ਮੋਟਰਸਾਈਕਲ ਲੈਣ ਗਿਆ ਸੀ ਤਾਂ ਸਾਈਕਲ ਸਟੈਂਡ ਦੇ ਠੇਕੇਦਾਰ ਨੇ ਆਖਿਆ ਸੀ ਤੁਸੀਂ ਪਹਿਲੇ ਆਦਮੀਓ ਜਨਾਬ ਜਿਨ੍ਹਾਂ ਇਥੇ ਹੱਕ ਸੱਚ ਲਈ ਲੜਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤਾਂ ਸਾਰੇ ਸਾਲੇ ਗੀਦੀ ਆ ਹੁਣ ਤਾਂ ਇਥੇ ਚਿਲਮਾ ਵੀ ਤੁਸਾਂ ਤੋਂ ਲੁਕ ਛਿਪ ਕੇ ਪੀਤੀਆਂ ਜਾਂਦੀਆਂ ਹੋਰ ਨਸ਼ੇ ਵੀ ਤੇ ਕੈਂਟੀਨ ਮਾਲਕ ਬਹੁਤ ਸੁਧਰੇ ਅੱਗੇ ਨਾਲੋਂ ਪਹਿਲਾਂ ਵੀ ਇਥੇ ਕੇਰਾਂ ਬਿੱਲੂ ਨੇ ਬਲਾਤਕਾਰ ਕੀਤਾ ਸੀ ਇਹ ਕਾਰਾ ਇੱਕ ਕੁੜੀ ਨਾਲ ਸ਼ਰੇ ਆਮ ਜੀਨਿੰਗ ਦੀਆਂ ਮਸ਼ੀਨਾਂ 'ਚ ਹੋਇਆ ਕੁਝ ਵੀ ਨਹੀਂ ਵਟਿਆ ਗਿਆ ਸੀ ਗਰੀਬਣੀ ਦਾ ਵਿਚਾਰੀ ਰੋ ਧੋ ਕੇ ਹਟ ਗਈ ਮੈਲੀ ਛੱਡਣੀ ਪਈ ਸੀ ਫੇਰ ਤਾਂ ਉਹਨੂੰ ਬਥੇਰੀਆਂ ਤੰਦਲੀਆਂ ਹੁੰਦੀਆਂ ਵੇਖੀਆਂ ਇਥੇ ਤਾਨੂੰ ਇਸ ਗੱਲ ਦਾ ਪਤਾ ਨਹੀਂ ਰਾਤ ਨੂੰ ਜੇਨਿੰਗ ਵਾਲੀ ਮਗਰਲੀ ਕੰਦ ਰੂੰ ਦੀਆਂ ਗੱਠਾਂ ਕੱਢੀਆਂ ਜਾਂਦੀਆਂ ਹੋਰ ਬਥੇਰਾ ਕੋਈ ਜਾਂਦਾ ਰਾਤ ਦੇ ਹਨੇਰੇ 'ਚ ਵਰਕਰ ਵਿਚਾਰੇ ਤਾਂ ਅੰਦਰ ਹੁੰਦੇ ਆ ਸਿਕਿਉਰਿਟੀ ਵਾਲੇ ਸੌਂ ਜਾਂਦੇ ਆ ਜਾਂ ਸਹਿਮਤੀ ਹੁੰਦੀ ਹੈ ਜਨਰੇਟਰਾਂ ਵਾਲੇ ਪਾਸੇ ਕਿੰਨੀ ਜਗ੍ਹਾ ਵਿਹਲੀ ਪਈ ਆ ਜੰਗਲ ਹੀ ਤਾਂ ਬਣਿਆ ਪਿਆ ਕਈ ਵਾਰ ਉਧਰ ਦੀ ਬਣੇ ਮਾਲ ਦੇ ਕੈਂਟਰ ਜਾਂਦੇ ਵੇਖੇ ਆ ਰਲੀਆਂ ਹੀ ਚੱਲਦੀਆਂ ਰਲੀਆਂ ਹੀ ਤਾਂ ਹੀ ਐਮ ਡੀ ਗੁਪਤਾ ਬਿੱਲੂ ਦੇ ਵਿਰੋਧ 'ਚ ਮੂੰਹ ਨਹੀਂ ਖੋਲਦਾ ਸੱਚ ਦੱਸਾਂ ਲੇਬਰ ਅਫਸਰ ਵੀ ਉਤੋਂ ਉਤੋਂ ਹੀ ਸੀ ਜਿਸ ਦਿਨੇ ਕਾਂਡ ਵਾਪਰਿਆ ਸੀ ਦੂਜੇ ਦਿਨ ਬਿੱਲੂ ਕੇ ਘਰੋਂ ਨਿਕਲਦਾ ਮੈਂ ਆਪ ਵੇਖਿਆ ਹਾਰਾ ਨਾਰਾ ਮਾਰਨ ਗਿਆ ਹੋਊ ਦੋਗਲੀ ਨੀਤੀ ਐ ਸਲਿਆਂ ਦੀ ਅੰਦਰੋਂ ਹੋਰ ਬਾਹਰੋਂ ਹੋਰ ਆ ਤਾਂ ਹਾਲ ਆ ਉਹ ਬੋਲ ਹਟਿਆ ਸੀ ਤਾਂ ਗੁਰਬੰਦ ਕੁਝ ਨਹੀਂ ਬੋਲਿਆ ਸੀ ਉਹ ਪਹਿਲਾਂ ਹੀ ਸਭ ਜਾਣੇ ਜਾਣ ਸੀ ਸਟੈਂਡ ਵਾਲਾ ਆਪਣਾ ਗੁਵਾਰ ਕੱਢਦਾ ਰਿਹਾ ਗੁਰਬੰਦ ਮੋਟਰਸਾਈਕਲ ਰੇਡ ਸਟੈਂਡ ਚੋਂ ਬਾਹਰ ਲੈ ਆਇਆ ਆਪਣੇ ਘਰ ਜਾਣ ਦੀ ਬਜਾਏ ਉਸ ਦਿਨ ਉਹ ਰਾਣੀ ਕੇ ਘਰ ਵੱਲ ਮੁੜ ਪਿਆ ਰਾਣੀ ਕੇ ਘਰ ਆਇਆ ਸੀ ਤਾਂ ਰਾਣੀ ਦਾ ਬਾਪੂ ਮੰਜੇ ਤੇ ਪਿਆ ਸੀ ਉਹਨੂੰ ਵੇਖ ਉੱਠ ਕੇ ਬੈਠ ਗਿਆ ਉਮਰ ਤਾਂ ਕੋਈ ਜ਼ਿਆਦਾ ਨਹੀਂ ਸੀ ਪਰ ਨਸ਼ਿਆਂ ਨੇ ਸਰੀਰ ਦੀ ਜਖਣਾ ਕੱਢ ਛੱਡੀ ਸੀ ਅਫੀਮ ਤੱਕ ਉਹਦੀ ਹੁਣ ਪਹੁੰਚ ਨਹੀਂ ਸੀ ਨੋਮੋਟਿਲ ਦੀਆਂ ਗੋਲੀਆਂ ਪ੍ਰੋਕਸੀਵਨ ਦੀਆਂ ਤੇ ਸੋਡੀਨਲ ਦੇ ਕੈਪਸੂਲ ਖਾਂਦਾ ਸੀ ਸ਼ਾਮ ਨੂੰ ਸ਼ਰਾਬ ਦੀ ਝਾਕ ਵੀ ਕਰਦਾ ਰਾਣੀ ਦੀ ਅੱਧੀ ਤਨਖਾਹ ਨੂੰ ਉਹ ਵਾਢਾ ਪਾ ਜਾਂਦਾ ਸੀ ਆ ਕਾਕਾ ਬਾਬਾ ਜੀ ਮੈਂ ਇੱਕ ਗੱਲ ਕਰਨਾ ਆਇਆ ਤੁਹਾਡੇ ਨਾਲ ਗੁਰਬੰਤ ਨੇ ਬਾਬਾ ਅੱਖ ਸੋਚਿਆ ਸੀ ਬਾਬਾ ਕਹਿਣ ਦੀ ਉਮਰ ਤਾਂ ਹੈ ਨਹੀਂ ਇਹਦੀ ਪਰ ਨਸ਼ਿਆਂ ਦੇ ਵਗਰੇ دریا ਦੀ ਡੁਬਕੀ ਨਹੀਂ ਸਰੀਰ ਗਾਲ ਛੱਡਿਆ ਹਾਂ ਭਾਈ ਕਰ ਕੀ ਗੱਲ ਕਰਨ ਆਇਆ ਉਹਨੇ ਆਪਣੀ ਉਲਜੀ ਹੋਈ ਦਾੜੀ ਖੁਰਕੀ ਉਹ ਗੁਰਬੰਤ ਨੂੰ ਇੰਨਾਕ ਤਾਂ ਜਾਣਦਾ ਹੀ ਸੀ ਵੀ ਗੁਰਬੰਤ ਰਾਣੀ ਕੋਲ ਅਕਸਰ ਘਰ ਕਈ ਵਾਰ ਆਇਆ ਸੀ ਤੇ ਹੋਰ ਕੁੜੀਆਂ ਵੀ ਹੁੰਦੀਆਂ ਸੀ ਖੜ ਜਾ ਪਹਿਲਾਂ ਮੈਂ ਤੈਨੂੰ ਚਾਹ ਦੀ ਪਿਆਲੀ ਬਣਾ ਕੇ ਦਿੰਨਾ ਫੇਰ ਆਖੀ ਕੀ ਆਖਣਾ ਆਖੋ ਉੱਠਣ ਲੱਗਾ ਤਾਂ ਗੁਰਬੰਤ ਨੇ ਆਖਿਆ ਸੀ ਨਹੀਂ ਚਾਹ ਦੀ ਖੇਚਲ ਨਹੀਂ ਕਰਨੀ ਪਾਣੀ ਪੀਣਾ ਹੈ ਉਮੇ ਆਪ ਹੀ ਲੈਣਾ ਆਖ ਪੰਤ ਨੇ ਰਸੋਈ ਚ ਜਾ ਪਾਣੀ ਪੀਤਾ ਰਸੋਈ ਸਾਫ ਸੁਥਰੀ ਸੀ ਫ੍ਰਿਜ ਤੋਂ ਲਾ ਕੇ ਨਿੱਕਾ ਮੋਟਾ ਸਾਰਾ ਸਮਾਨ ਮੌਜੂਦ ਸੀ ਮੈਨੂੰ ਕਹਿੰਦੇ ਨੂੰ ਸੰਕੋਚ ਤਾਂ ਹੋ ਰਿਹਾ ਪਰ ਸਾਡੇ ਕਹਿਣ ਤੋਂ ਪਹਿਲਾਂ ਇਹ ਗੱਲ ਕਿਸੇ ਹੋ ਢੰਗ ਨਾਲ ਤੁਹਾਡੇ ਕੰਨਿ ਪਵੇ ਮੈਂ ਰਾਣੀ ਦਾ ਆਪਣੇ ਲਈ ਰਿਸ਼ਤਾ ਮੰਗਦਾ ਮੇਰੇ ਪਿੰਡ ਸੈਦੋ ਆ ਨਿਆਲ ਸਿੰਘ ਵਾਲਾ ਕੋਲ ਪਿਓ ਦਾ ਨਾਂ ਲੱਛੂ ਆ ਤਿੰਨ ਚਾਰ ਕੁਮਾਂ ਜ਼ਮੀਨ ਵੀ ਐ ਕਿਸੇ ਦੀ ਦੁਆਨੀ ਦੇਣੀ ਨਹੀਂ ਇੱਕ ਨਵੇਂ ਪੈਸੇ ਦਾ ਵੀ ਸਿਰ ਕਰ ਜਾਣੀ ਗੁਰਬੰਤ ਨੇ ਆਪਣੇ ਬਾਰੇ ਦੱਸਿਆ ਮੈਂ ਰੱਬ ਤੋਂ ਹੋਰ ਕੀ ਭਾਲਦਾ ਜੇ ਗੱਲ ਆ ਤਾਂ ਮਾਂ ਹੁੰਦੀ ਤਾਂ ਰਾਣੀ ਨੂੰ ਸਮਝਾਉਂਦੀ ਮੈਂ ਆਖਾਂ ਵੀ ਕੀ ਹੁਣ ਇੱਕ ਦੋ ਵਾਰ ਆਖਿਆ ਤਾਂ ਵਿਆਹ ਕਰਵਾਉਣ ਤੋਂ ਇਨਕਾਰ ਕਰਤਾ ਮੈਂ ਖੁਸ਼ ਆ ਕਾਕਾ ਜੀ ਤੁਹਾਡੀ ਸਹਿਮਤੀ ਹੈ ਤਾਂ ਆਖੋ ਆਪਣੀ ਦਾੜੀ ਫੇਰ ਖੁਰਕ ਗਿਆ ਰਾਣੀ ਨਾਲ ਵਿਚਾਰ ਹੋਈਆ ਤੁਹਾਡੀ ਸਹਿਮਤੀ ਦੀ ਲੋੜ ਸੀ ਤੁਸੀਂ ਦਿਨ ਦੱਸੋ ਕਿਸ ਦਿਨ ਬਰਾਤ ਲੈ ਕੇ ਆਵਾਂ ਜੇ ਆਖੋ ਤਾਂ ਆਪਣੇ ਮਾਂ ਬਾਪ ਨੂੰ ਭੇਜਾਂ ਦਿਨ ਪੱਕਾ ਕਰ ਜਾਣਗੇ ਜਿਵੇਂ ਤੈਨੂੰ ਤੇ ਰਾਣੀ ਨੂੰ ਚੰਗਾ ਲੱਗਦਾ ਜੇ ਸੱਚ ਪੁੱਛੋ ਤਾਂ ਜਦੋਂ ਦੀ ਤੁਹਾਡੀ ਮੇਲੇ 'ਚ ਕੁੜੀ ਵਾਲੀ ਘਟਨਾ ਵਾਪਰੀ ਐ ਮੈਂ ਵੀ ਡਰਿਆ ਪਿਆ ਬਜ਼ੁਰਗ ਨੇ ਆਪਣਾ ਅੰਦਰਲਾ ਡਰ ਦੱਸਿਆ ਗੁਰਬੰਦ ਸੋਚ ਰਿਹਾ ਸੀ ਜੇ ਇਹਨੂੰ ਕਿਸੇ ਨਸ਼ਾ ਛਡਾਊ ਕੇਂਦਰ ਲਜਾਇਆ ਜਾਏ ਤਾਂ ਨਸ਼ੇ ਤੋਂ ਮੁਕਤੀ ਦਵਾਈ ਜਾ ਸਕਦੀ ਐ ਦੂਜੇ ਦਿਨੀ ਗੁਰਬੰਦ ਨੇ ਰਾਣੀ ਨਾਲ ਵੀ ਗੱਲ ਕਰ ਲਈ ਭਾਵੇਂ ਉਹਨੂੰ ਆਪਣੇ ਬਾਪੂ ਕੋਲੋਂ ਪਤਾ ਲੱਗ ਹੀ ਚੁੱਕਾ ਸੀ ਉਹਦਾ ਤਾਂ ਧਰਤੀ ਤੇ ਬੱਬ ਨਹੀਂ ਲੱਗ ਰਿਹਾ ਸੀ ਮਨ ਚਾਹਿਆ ਹਾਣ ਮਿਲ ਜਾਣ ਤੋਂ ਬਾਅਦ ਹੋਰ ਖੁਸ਼ੀ ਵੀ ਕੀ ਹੋ ਸਕਦੀ ਸੀ ਗੁਰਬੰਤ ਰੈਸਟ ਵਾਲੇ ਦਿਨ ਆਪਣੇ ਪਿੰਡ ਵੱਜਿਆ ਪਹਿਲਾਂ ਵੀ ਉਹ ਮਹੀਨੇ ਦੋ ਮਹੀਨੇ ਢੇੜਾ ਮਾਰਦਾ ਰਹਿੰਦਾ ਸੀ ਰਾਤ ਨੂੰ ਖਾਓ ਪੀਓ ਤੋਂ ਬਾਅਦ ਉਹਨੇ ਗੱਲ ਛੇੜੀ ਪਪਾ ਮੰਮੀ ਮੈਂ ਤੁਸਾਂ ਨਾਲ ਇੱਕ ਗੱਲ ਕਰਨਾ ਆ ਨਹੀਂ ਤਾਂ ਅਜੇ ਮਹੀਨਾ ਵੀ ਦਿਨ ਹੋਰ ਨਹੀਂ ਆਉਣਾ ਸੀ ਤੂੰ ਪਹਿਲਾਂ ਇਹ ਦੱਸ ਤੈਨੂੰ ਧੰਨੋ ਤਾਂ ਚੰਗਾ ਸਮਝਦੀ ਐ ਸੌਰੀ ਜੇ ਚੰਗੀ ਹੁੰਦੀ ਤਾਂ ਜ਼ਮੀਨ ਦਾ ਅੱਧ ਨਹੀਂ ਵੰਡਿਆ ਜਾਣਾ ਸੀ ਲੱਛੂ ਨੇ ਗੱਲ ਛੇੜੀ ਉਹ ਹਰ ਵਾਰੀ ਗੁਰਬੰਤ ਆਏ ਨਾਲ ਇਹ ਗੱਲਾਂ ਛੇੜ ਲੈਂਦਾ ਸੀ ਉਹਨੇ ਤਾਂ ਕੁਝ ਵੀ ਨਹੀਂ ਸੋਚਿਆ ਜ਼ਮੀਨ ਤਾਂ ਸਾਡੇ ਦੋਹਾਂ ਭੈਣਾਂ ਦੇ ਨਾਂ ਵੀ ਚੜੀ ਸੀ ਪਰ ਭਰਾਵਾਂ ਦੇ ਆਖੇ ਪਹਿਲੇ ਬੋਲ ਹੀ ਗੁੱਠੇ ਲਾ ਆਈਆ ਧੰਨੋ ਤਾਂ ਲਾਲਚ ਨਾਲ ਉਹੀ ਅੰਨੀ ਹੋ ਗਈ ਕੰਤੋਂ ਆਖ ਬੁਰਾ ਭਲਾ ਕਹਿਣ ਲੱਗ ਪਈ ਮੈਂ ਮੰਮੀ ਪਹਿਲਾਂ ਵੀ ਕਿੰਨੀ ਵਾਰ ਦੱਸਿਆ ਤੁਹਾਨੂੰ ਭੂਆ ਮੇਰਾ ਬਹੁਤ ਤੇਹ ਕਰਦੀ ਐ ਜ਼ਮੀਨ ਲੈ ਕੇ ਜਾਣ ਚ ਉਹਦਾ ਕੋਈ ਕਸੂਰ ਨਹੀਂ ਸੀ ਜੋ ਕੀਤਾ ਸੀ ਮੱਖਣ ਨਹੀਂ ਕੀਤਾ ਸੀ ਭੂਆ ਦੀ ਤਾਂ ਮਜਬੂਰੀ ਬਣ ਗਈ ਸੀ ਆਖੇ ਲੱਗਣਾ ਪਿਆ ਇਹ ਗੱਲ ਛੱਡੋ ਜਿਹੜੀ ਮੈਂ ਕਰਨਾ ਐ ਉਹ ਸੁਣੋ ਮੈਂ ਕੁੜੀ ਵੇਖ ਛੱਡੀ ਆ ਉਹਦੇ ਪਿਓ ਨਾਲ ਗੱਲ ਵੀ ਕਰ ਲਈ ਆ ਤੁਸੀਂ ਦਿਨ ਦੱਸੋ ਕਿਹੜਾ ਰੱਖੀ ਫਿਰ ਆਪਾਂ ਇੱਥੋਂ ਪੰਜ ਬੰਦੇ ਜਾਵਾਂਗੇ ਕੋਈ ਖਰਚਾ ਵਰਚਾ ਕਰਨ ਦੀ ਲੋੜ ਨਹੀਂ ਕਿਹੜੇ ਪਿੰਡ ਦੀ ਕੁੜੀ ਆ ਸਾਨੂੰ ਦੱਸਣ ਵੀ ਪੱਕ ਬਣਾ ਕੇ ਲੱਗਾ ਕੰਤੋਂ ਨੇ ਜਿਵੇਂ ਇਤਰਾਜ਼ ਜਤਾਇਆ ਸੀ ਉਹ ਅੰਦਰੋਂ ਖੁਸ਼ ਸੀ ਵੀ ਪਕਵੰਦਰ ਨੂੰ ਸਾਗ ਚੜਦਾ ਚੜਦਾ ਦੋ ਵਾਰ ਰਹਿ ਗਿਆ ਸੀ ਇੱਕ ਵਾਰ ਤਾਂ ਰਿਸ਼ਤੇ ਬਾਰੇ ਗੱਲ ਚੱਲ ਰਹੀ ਸੀ ਵਿਚੋਲਾ ਧੀ ਵਾਲਿਆਂ ਨੂੰ ਘਰ ਵਕਾਉਣ ਲਿਆ ਸੀ ਪਰ ਸਕੇ ਚਾਚੇ ਚਾਚੀ ਨੇ ਇੱਕ ਪੱਧਰ ਜਿਹਾ ਬੰਦਾ 50 ਦਾ ਨੋਟ ਦੇ ਕੇ ਇਹ ਆਖ ਉਹਨਾਂ ਦੇ ਘਰ ਭੇਜਦਾ ਸੀ ਤੇ ਉਹ ਲੱਛੂ ਕੇ ਲੱਛੂ ਕੇ ਘਰੋਂ ਫੀਮ ਲੈ ਕੇ ਆਵੇ ਉਹ ਸਿੱਧੜ ਬੰਦੇ ਨੇ ਉਹਨਾਂ ਦੇ ਘਰ ਆ ਫੀਮ ਮੰਗੀ ਸੀ ਲੱਛੂ ਦੇ ਰੋਕਿਆ ਵੀ ਧੀ ਵਾਲਿਆਂ ਚਾਹ ਤਾਂ ਕੀ ਪਾਣੀ ਦੀ ਘੁੱਟ ਨਹੀਂ ਭਰੀ ਸੀ ਬਗੈਰ ਕਿਸੇ ਗੱਲ ਕੀਤੇ ਆ ਤੁਰ ਗਏ ਸੀ ਇੱਕ ਵਾਰ ਫੇਰ ਘੰਟੀ ਵੱਜ ਗਈ ਸੀ ਕੌਣ ਕੌਣ ਆ ਪਰਿਵਾਰ 'ਚ ਲੱਛੂ ਨੇ ਪੁੱਛਿਆ ਉਹ ਜਾਣਦਾ ਸੀ ਵੀ ਜ਼ਮਾਨਾ ਬਹੁਤ ਅੱਗੇ ਲੰਘ ਚੁੱਕਿਆ ਜੇ ਭੰਤ ਆਪਣੀ ਮਨਮਰਜ਼ੀ ਨਾਲ ਕੁੜੀ ਪਾਲ ਚੁੱਕਿਆ ਤੇ ਇਸ 'ਚ ਕੋਈ ਬੁਰਾਈ ਵਾਲੀ ਗੱਲ ਵੀ ਨਹੀਂ ਸੀ। ਕੱਲਾ ਪਿਓ ਆ, ਕੁੜੀ ਦੀ ਮਾਂ ਮਰੀ ਆ, ਇੱਕ ਭਰਾ ਸੀ ਉਹ ਵੀ ਪੂਰਾ ਹੋ ਗਿਆ ਸੀ। ਮੜਮੋਟ ਜ਼ਮੀਨ ਹੋਵੇ ਤਾਂ ਮੈਨੂੰ ਪੱਕਾ ਪਤਾ ਨਹੀਂ। ਗੁਰਬੰਤ ਨੇ ਦੱਸਿਆ ਉਹਨੇ ਕਦੀ ਪੁੱਛਿਆ ਨਹੀਂ ਸੀ ਪਰ ਰਾਣੀ ਦਾ ਪਿਓ ਨਸ਼ੇ ਕਰਦਾ ਵੇਖ ਜ਼ਰੂਰ ਅੰਦਾਜ਼ਾ ਲਾਉਂਦਾ ਸੀ। ਮਾੜੀ ਮੋਟੀ ਆਮਦਨੀ ਹੋਰ ਵੀ ਕਿਸੇ ਪਾਸਿਓਂ ਐ। ਕੱਲੇ ਚੁੰਨੀ ਚੜਾਵੇ ਨਾਲ ਤਾਂ ਨਹੀਂ ਚਰਨਾ, ਮੜਮੋਟ ਤਾਂ ਕਰਨਾ ਹੀ ਪਊ। ਆਪਾਂ ਅੱਗੇ ਕਿਹੜਾ ਕਿਸੇ ਦੇ ਕਰਜ਼ਾਈਆਂ? ਆਹ ਤਾ ਤੂੰ ਪੈਸੇ ਫੜ ਲਾਂਗੇ ਲੱਛੂ ਨੇ ਆਖਿਆ ਜਿਵੇਂ ਪਾਪਾ ਤੁਹਾਡੀ ਮਰਜ਼ੀ ਆ ਪਰ ਖਰਚ ਜ਼ਰੂਰ ਕਰਨਾ ਹੈ ਰਹਿਣ ਦੀਏ ਖਰਚੇ ਨੂੰ ਉਹ ਖਰਚ ਕਰੂ ਨਹੀਂ ਸੀ ਦੂਜੇ ਦਿਨ ਉਹ ਡਿਊਟੀ ਵੇਲੇ ਨੂੰ ਮੁੜ ਆਇਆ ਸੀ ਤੇ ਕੰਤੋ ਤੇ ਲੱਛੂ ਨੇ ਆਖਤਾ ਸੀ ਵੀ ਅਸੀਂ ਹੁਣ ਕੀ ਵੇਖਣਾ ਤੂੰ ਦਿਨ ਬੰਨ ਸਾਨੂੰ ਪਤਾ ਕਰ ਦੇਈ ਤੇ ਉਸ ਦਿਨ ਉਸ ਡਿਊਟੀ ਤੋਂ ਆਉਂਦਿਆਂ ਭੂਆ ਤਨੂ ਨੂੰ ਦੱਸਣਾ ਵੀ ਆਪਣਾ ਫਰਜ਼ ਸਮਝਿਆ ਸੀ ਭੂਆ ਮੈਂ ਵਿਆਹ ਕਰਾਉਣ ਲੱਗਾ ਹੈ ਵੇ ਕਿੱਥੇ ਕਲ ਪਿੰਡ ਗਏ ਨੂੰ ਦੱਸਿਆ ਹੁਣੇ ਲੱਛੂ ਤੇ ਕੰਤੋਂ ਨੇ ਪਹਿਲਾਂ ਗੱਲ ਪੱਕੀ ਕਰ ਰੱਖੀ ਹੋ ਚੰਗਾ ਹੋਇਆ ਹੈ ਕਿਹੜੀ ਥਾਂ ਤੰਨੋਂ ਨੂੰ ਸੁਣ ਚਾ ਚੜ ਗਏ ਇੱਥੇ ਹੀ ਮੰਡੀ ਵਾਲੇ ਪਾਸੇ ਆ ਰੇਲਵੇ ਲਾਈਨ ਲੰਘ ਕੇ ਮਿਲ ਚ ਕੰਮ ਕਰਦੀ ਆ ਚੰਗਾ ਚੰਗਾ ਆਪਾਂ ਇੱਥੇ ਹੀ ਕਰਾਂਗੇ ਵਿਆਹ ਪਰ ਪੁੱਤ ਇੱਕ ਗੱਲ ਆ ਉਹ ਮੇਲਾ ਮੁੱਲਾ ਚ ਕੰਮ ਕਰਦੀਆਂ ਕੁੜੀਆਂ ਉਹ ਅੱਗੇ ਆਪਣੀ ਜ਼ੁਬਾਨ ਨੂੰ ਬ੍ਰੇਕ ਲਾ ਗਈ ਰਾਣੀ ਇਹੋ ਜੀ ਨਹੀਂ ਭੂਆ ਉਹ ਤਾਂ ਬਹੁਤ ਹੀ ਸੌ ਕੁੜੀ ਐ ਜੇ ਆਪਾਂ ਵਿਆਹ ਦਾ ਇੱਥੇ ਸੋਚਿਆ ਮਮੀ ਪਪਾ ਆਏ ਨਾ ਤਾਂ ਗੁਰਬੰਤ ਨੇ ਖਦਸ਼ਾ ਜ਼ਾਹਰ ਕੀਤਾ ਆਉਣਗੇ ਆਉਣਗੇ ਕਿਉਂ ਨਾ ਨਾਲੇ ਤੂੰ ਪੈਸਿਆਂ ਦਾ ਫਿਕਰ ਨਾ ਕਰੀ ਸਾਰੇ ਪੈਸੇ ਮੈਂ ਲਾਉ ਥੋੜੇ ਘਣੇ ਜੋੜੀ ਬੈਠੀ ਆ ਜੇ ਬਾਲੀ ਗੱਲ ਗਈ ਤਾਂ 10 ਮਰਲੇ ਜ਼ਮੀਨ ਦੇ ਵੇਚ ਦੇਉ ਬਥੇਰੇ ਮੰਗਦੇ ਆ ਘਰ ਪਾਉਣ ਵਾਲੇ ਧੰਨੋ ਨੇ ਆਖਿਆ ਉਹ ਇੰਨਾ ਕਰਕੇ ਲਿਆਂਦੀ ਜ਼ਮੀਨ ਦਾ ਕੁਝ ਮੋੜ ਦੇਣਾ ਚਾਹੁੰਦੀ ਸੀ ਦਿਲੋਂ ਗੁਰਬੰਤ ਨੂੰ ਮੱਖਣ ਨਾਲੋਂ ਵੀ ਵੱਧ ਚਾਉਣ ਲੱਗ ਪਈ ਸੀ ਉਹ ਤਾਂ ਇੱਥੋਂ ਤੱਕ ਸੋਚ ਰਹੀ ਸੀ ਵੀ ਜੇ ਵਰਟੀ ਵੀ ਇੱਥੇ ਰਹਿਣ ਲੱਗ ਪਈ ਤਾਂ ਰੌਣਕਾ ਫੇਰ ਮੜਾਉਣਗੇ वैसे तो बुआ मेरे कोड़ भी बैंक च थोड़े कने है मम्मी पापा भी लावणगे ही तत्थों का तो लुवानेया तेरा मखण नाल दफेड़ पैजू मखण दा की है ओना च फुई फुई करके मै जोड़ेया नाले अग्गे केड़ा पुत्तो ਝੂਲੇ ਚਲਾਉਂਦੇ ਆ ਜਿਹੜਾ ਦਫੇੜ ਪੈਜੂ बुआ ने आख्या ਫੇਰ ਵੀ ਫੇਰ ਵੀ ਕੀ ਖਰਚਾ ਤਾਂ ਘਰ ਘਰ ਦਾ ਤੂੰ ਤੋੜਦਾ ਜਮੀਨ ਦੇ ਠੇਕੇ ਵਾਲੀ ਵੀ ਤਾਂ ਜਮਾ ਹੀ ਆ ਪਹਿਲਾਂ ਵੀ ਕੁਛ ਸੀ ਤੂੰ ਦਿਨ ਬਰਨ ਕੱਲਾ ਚੁੰਨੀ ਚੜਾਵਾ ਨਹੀਂ ਇਧਰੋਂ ਤਾਂ ਆਪਾਂ ਵਿਆਹ ਵਧੀਆਂ ਕਰਨੇ ਤੰਨੋਂ ਨੇ ਆਖਿਆ ਸੀ ਤੇ ਫਿਰ ਉਹ ਤੇ ਤੁੰਨੋ ਕੁਛ ਦਿਨਾਂ ਬਾਅਦ ਹੀ ਦਿਨ ਪੱਕਾ ਕਰ ਆਏ ਸੀ ਤੁੰਨੋ ਨੇ ਤਾਂ ਰਾਣੀ ਨੂੰ ਬੁੱਕਲ ਚੋਂ ਨਹੀਂ ਸੀ ਕੱਢਿਆ ਉਹ ਤਾਂ ਜਿਵੇਂ ਪਹਿਲੇ ਦਿਨ ਹੀ ਰਾਣੀ ਨੂੰ ਵੇਖ ਉਹਦੇ ਨਾਲ ਰਚ ਮਿਚ ਗਈ ਸੀ ਫਿਰ ਤੁੰਨੋ ਆਪਣੀ ਭਰਾ ਭਝਾਈ ਨੂੰ ਵੀ ਆਪ ਕਹਿਣ ਗਈ ਸੀ ਪਹਿਲਾਂ ਤਾਂ ਤੁੰਨੋ ਨੂੰ ਵੇਖ ਕੇ ਉਹਨਾਂ ਨੱਕ ਬੁੱਲ ਚੜਾਏ ਸੀ ਪਰ ਜਦੋਂ ਤੁੰਨੋ ਨੇ ਆਖਿਆ ਵੀ ਕਿਤੇ ਨਵਾਂ ਨਾਲੋਂ ਮਾਸ ਵੀ ਟੁੱਟੇ ਆ ਵਿਆਹ ਇੱਥੇ ਨਹੀਂ ਉੱਥੇ ਕਰਨਾ ਤੁਸ ਤਾਂ ਕਿਸੇ ਚੀਜ਼ ਦੀ ਖੇਚਲ ਨਹੀਂ ਕਰਨੀ ਦੋ ਤਿੰਨ ਦਿਨ ਪਹਿਲਾਂ ਆ ਜਾ ਜ਼ਰੂਰ ਜਾਇਆ ਜੀ ਘਰੇ ਕੰਮ ਤੂੰ ਸਹੀ ਸੰਭਾਲਣਾ ਆਕੇ ਇੱਕ ਮੁੰਡਾ ਉਹਨੂੰ ਵੀ ਅਸੀਂ ਇੱਥੇ ਨਾ ਵੀ ਆਈਏ ਇਹੋਂ ਕਿਵੇਂ ਹੋ ਜਾਊ ਲੱਛੂ ਨੇ ਆਖਿਆ ਕਿਉਂ ਮੇਰਾ ਕੋਈ ਜ਼ੋਰ ਨਹੀਂ ਮੁੰਡੇ ਤੇ ਮੈਂ ਹੋਰ ਕੁਝ ਨਹੀਂ ਜਾਣਦੀ ਬਸ ਤੂੰ ਸ ਤਾਂ ਮੇਲੀ ਬਣ ਕੇ ਆਉਣਾ ਧੰਨੋ ਨੇ ਫੇਰ ਆਖਿਆ ਸੀ ਤਾਂ ਉਹਨਾਂ ਦੇ ਜਿਵੇਂ ਸਾਰੇ ਗਲੇ ਸ਼ਿਕਵੇ ਮਿਟ ਗਏ ਸੀ ਮੁਰਦੀ ਧੰਨੋ ਨੂੰ ਕੰਤੂ ਨੇ ਇੱਕ ਸੂਟ ਤੇ 100 ਦਾ ਨੋਟ ਦਿੱਤਾ ਸੀ ਰਹਿਣ ਦਿੰਦੀ ਨਾ ਹੁਣ ਭਰਾ ਦੇ ਘਰੋਂ ਖਾਲੀ ਜਾਣਗੀ ਕੰਤੂ ਨੇ ਆਖਿਆ ਸੀ ਤਾਂ ਧੰਨੋ ਦੀਆਂ ਖੁਸ਼ੀ ਨਾਲ ਅੱਖਾਂ ਛਲਕਾਈਆਂ ਸੀ ਤੇ ਜਦ ਤੀਰਥੋਂ ਨੂੰ ਗੁਰਬੰਤ ਦੇ ਵਿਆਹ ਦਾ ਦਿਨ ਰੱਖ ਲੈ ਜਾਣ ਦਾ ਪਤਾ ਲੱਗਾ ਤਾਂ ਜਿੱਥੇ ਖੁਸ਼ੀ ਹੋਈ ਦੂਜੇ ਪਾਸੇ ਅੰਦਰ ਵਾਰਡ ਜੀ ਵੀ ਪਈ ਸੀ ਕਦੀ ਮੰਨੇ ਜਿਹਨੂੰ ਹਾਣੇ ਬਣਾਉਣ ਲਈ ਕਿਆਸੀਆ ਸੀ ਉਹ ਹੋਰ ਕਿਸੇ ਦਾ ਬਣਨ ਜਾ ਰਿਹਾ ਸੀ ਉਹਨਾਂ ਦੇ ਦਿਲਾਂ ਦੀਆਂ ਦਿਲਾਂ ਚ ਹੀ ਰਹਿ ਗਈਆਂ ਸੀ ਹੁਣ ਤਾਂ ਮਨਾ ਮੈਂ ਉਹਨਾਂ ਦੀ ਸੁੱਖ ਮੰਗਾ ਮੇਰਾ ਉਹਨਾਂ ਦੀ ਖੁਸ਼ੀ 'ਚ ਖੁਸ਼ ਹੋਣ ਦਾ ਹੱਕ ਬਣਦਾ ਆਪਣੇ ਮਨ 'ਚ ਆਖਦੀ ਉਹ ਉੱਠ ਕੇ ਧੰਨੋਂ ਦੇ ਘਰੋਂ ਤੁਰ ਪਈ ਹੱਥ ਛਾਤੀ ਵੱਲ ਨੂੰ ਗਿਆ ਸੀ ਕਈ ਦਿਨਾਂ ਤੋਂ ਛਾਤੀ 'ਚ ਦਰਦ ਮਹਿਸੂਸ ਕਰ ਰਹੀ ਸੀ ਜੋ ਵੱਧਦਾ ਹੀ ਜਾਂਦਾ ਸੀ ਵਧਾਈਆਂ ਬੇਬੇ ਵਿਆਹ ਬੰਨੇ ਦੀਆਂ ਉਹਨੇ ਧੰਨ ਨੂੰ ਜਾ ਆਖਿਆ ਗੁਰਬੰਤ ਮੋਟਰਸਾਈਕਲ ਤੇ ਟਾਕੀ ਮਾਰੀ ਜਾਂਦਾ ਸੀ ਵਧਾਈਆਂ ਧੀਏ ਆਪਾਂ ਸਾਰਿਆਂ ਨੂੰ ਹੀ ਵਧਾਈਆਂ ਹੈ ਰਲ ਮਿਲ ਕੇ ਹੀ ਕਰਨਾ ਹੈ ਆਪਾਂ ਸਾਰਿਆਂ ਨੇ ਦਿਨ ਕਿਹੜੇ ਰਹਿ ਗਏ ਘਰ ਦਾ ਮੂੰਹ ਮੱਥਾ ਵੀ ਸਵਰਨ ਹੈ ਮੈਂ ਤਾਂ ਤੁਹਾਡੇ ਘਰ ਵੱਲ ਆਉਣ ਲੱਗੀ ਸੀ ਤੇਰੀ ਮਾਂ ਨੂੰ ਆਖਣ ਵੀ ਤੈਨੂੰ ਹੁਣ ਵਿਆਹ ਤਾਂ ਕਿਦਰ ਹੀ ਰਹਿਣ ਦੇਵੇ ਵਿਆਹ ਸੁੱਖ ਨਾਲ ਆਪਾਂ ਇੱਥੇ ਹੀ ਕਰਨਾ ਹੈ ਧੰਨੋਂ ਨੇ ਆਖਿਆ ਕਮਾ ਦਾ ਕੀ ਆ ਬੇਬੇ ਇਹਦੇ ਵਿਆਹ ਚ ਨਾ ਕਰੂੰ ਤਾਂ ਕਰੂੰ ਕਿਦੇ ਚ ਹੈ ਵਾਹ ਬੇਬੇ ਆਖ ਤੀਰਥੋਂ ਨੇ ਆਪਣੀ ਹਿੱਕ ਫੇਰ ਘੁੱਟੀ ਮੂੰਹ ਬਦਲਦਾ ਤੁਰਿਆ ਗਿਆ ਜਿਵੇਂ ਕਸੀਸ ਵੱਟੀ ਹੋਵੇ ਫਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਜਿਵੇਂ ਗੁਰਬੰਤ ਨੂੰ ਨਹੋਰਾ ਵੀ ਮਾਰ ਗਈ ਵੇਖ ਬੇਬੇ ਇਹਨੇ ਮੇਰੇ ਕੋਲ ਵਿਆਹ ਦੀ ਭੋਲ ਤੱਕ ਨਹੀਂ ਪੰਨੀ ਕੋਈ ਗੁੜਦੀ ਰੋੜੀ ਥੋੜਾ ਜੀ ਜਿਹੜੀ ਬੁੱਕਲ ਚ ਭੱਜ ਜਾਣ ਸੀ ਉਹ ਕਸੀਸ ਫੇਰ ਵੱਟ ਗਈ ਤੇ ਤੀਰਥੋਂ ਧੰਨ ਨੂੰ ਦਾਦੀ ਵੀ ਆਖ ਦਿੰਦੀ ਸੀ ਤੇ ਬੇਬੇ ਵੀ ਕਈ ਵਾਰ ਦਾਦੀ ਬੇਬੇ ਵੀ ਆਖ ਜਾਂਦੀ ਗੱਲ ਹੀ ਪੁੱਤ ਦਿਨਾਂ ਤੋਂ ਬਣੀ ਕੁੜੀ ਮਿਲ ਚਾਹੇ ਦੇ ਨਾਲ ਤੁਸੀਂ ਗੱਲਾਂ ਕਰੋ ਮੈਂ ਲਾਗਣ ਨੂੰ ਆ ਖਾਵਾਂ ਨਿੱਕੇ ਮੋٹے ਕੰਮ ਉਹ ਵੀ ਕਰ ਆ ਜਾਉ ਜਮਾਂ ਤਾਂ ਨਹੀਂ ਥੁੱਕ ਲੁੱਕ ਨਾਲ ਸਾਰ ਦੇਾਂਗੇ ਵਿਆਹ ਕਰਾਂਗੇ ਫੰਨੇ ਖਾਂ ਆਖ ਤਨ ਤੁੰਨੂੰ ਚੀਰੇ ਆਲੂ ਰਸੋਈ ਚ ਰੱਖ ਬਾਹਰ ਨੂੰ ਤੁਰ ਗਈ ਇਹਨੂੰ ਘਸਾ ਘਸਾ ਰੰਗ ਤਾਂ ਨਹੀਂ ਪਟਣਾ ਇਹਦਾ ਤੀਰਥੋਂ ਨਹੀਂ ਪੰਤ ਨੂੰ ਆਪਣੇ ਵੱਲ ਨਾ ਝਾਕਦੇ ਆ ਵੇਖ ਆਖਿਆ ਇਹ ਰੰਗ ਥੋੜਾ ਪੱਟੇ ਜਾਂਦੇ ਆ ਤੈਨੂੰ ਕੀ ਗੱਲ ਆ ਕਿਤੇ 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 ਕਿਸੇ ਦੀ ਵਟ ਜਾਨੀ ਆ ਗੁਰਬੰਦ ਨੇ ਪੁੱਛਿਆ ਤੇਰਾ ਵਹਿਮ ਹੋਣਾ ਤੂੰ ਮੈਨੂੰ ਇਹ ਦੱਸ ਵੇਖਣ ਚ ਆਖਣ ਚ ਕਿਹੋ ਜੀ ਐ ਮੈਥੋਂ ਸੋਹਣੀ ਹੂੰ ਤੀਰਥੂ ਆਪਣੇ ਹਿੱਕ ਨੂੰ ਹੱਥ ਲੈ ਜਾਂਦੀ ਲੈ ਜਾਂਦੀ ਰੁੱਕ ਗਈ ਕਿਸੇ ਨਾਲ ਕਿਸੇ ਦੀ ਤੁਲਨਾ ਨਹੀਂ ਕਰੀਦੀ ਤੇਰੇ ਕੋਲ ਹੀ ਆਜੂ ਹੋਰ ਦੋਹਾਂ ਦਿਨਾਂ ਨੂੰ ਭੰਤ ਨੇ ਆਖਿਆ ਤੂੰ ਮੈਨੂੰ ਮਿਲ ਚ ਨੌਕਰੀ ਦਵਾਉਣ ਨਾਲੋਂ ਸਲਾਈ ਦੇ ਕੰਮ ਲਈ ਸਲਾਹ ਤਾਂ ਦਿੱਤੀ ਸੀ ਕਿ ਮੈਨੂੰ ਤੇਰੀ ਰਾਣੀ ਨਾਲ ਈਰਖਾ ਭਾਵਨਾ ਨਾ ਹੋ ਜਾਏ ਜਾਂ ਮੈਨੂੰ ਮਿਲ ਦਾ ਮਾਹੌਲ ਗਲਤ ਪਾਸੇ ਨਾ ਲੈ ਜਾਏ ਨਹੀਂ ਤੀਰਥੂ ਅਸਲ 'ਚ ਮੈਂ ਚਾਹੁੰਨਾ ਆਪਣੀ ਬੁਟੀਕ ਖੋਲ ਤੂੰ ਬਹੁਤ ਕਮਾਈ ਕਰ ਸਕਦੀ ਹੈ ਤੇ ਜਿਹੜਾ ਕੰਮ ਘਰ ਬੈਠ ਚੰਗੀ ਕਮਾਈ ਦੇ ਸਕਦਾ ਉਹਨੂੰ ਪਹਿਲ ਕੇ ਉਹਨਾਂ ਦੇ ਗੇ ਵੇਖ ਲਈਂ ਜੇ ਤੇਰੀਆਂ ਮਸ਼ੀਨਾਂ ਇੱਕ ਦੋ ਹੋਰ ਡੈਣ ਲੱਗ ਪਈਆਂ ਫਿਰ ਉਹ ਦਿਨ ਦੂਰ ਨਹੀਂ ਹੋਣਾ ਜਦ ਮੰਡੀ 'ਚ ਤੇਰੀ ਇੱਕ ਬੁਟੀਕ ਹੋਏਗੀ ਤੇ ਮੈਂ ਹਰ ਤਰ੍ਹਾਂ ਦੀ ਮਦਦ ਕਰੂੰ ਪਿੰਡ ਦੀਆਂ ਹੋਰ ਕੁੜੀਆਂ ਵੀ ਤੈਨੂੰ ਵੇਖੋ ਦੁਸ਼ਾਤ ਹੋਣਗੀਆਂ ਅਸਲ 'ਚ ਘਰ ਹੀ ਬੈਠੀਆਂ ਬੀਬੀਆਂ ਨੂੰ ਮੇਰਾ ਇਹਨਾਂ ਧੰਦਿਆਂ ਵੱਲ ਲੈ ਕੇ ਆਉਣ ਦਾ ਮਨੋਰਥ ਆ ਰਹੀ ਗੱਲ ਮਿਲਦੇ ਮਾਹੌਲ ਖਰਾਬ ਦੀ ਇਹ ਮਾਹੌਲ ਤੋਂ ਡਰ ਘਰ ਬੈਠ ਰਹਿਣਾ ਤਾਂ ਬੁਜਦਲੇ ਹੀ ਹੁੰਦੀ ਹੈ ਮੈਂ ਬੁਜਦਲ ਨਹੀਂ ਜੇ ਆਪਾਂ ਬੁਜਦਲਾਂ ਵਾਲੀਆਂ ਗੱਲਾਂ ਆਪ ਹੀ ਸੋਚਣ ਲੱਗ ਪਏ ਔਰਤਾਂ ਨੂੰ ਜਾਗਰਤ ਕਿਵੇਂ ਕਰਾਂਗੇ ਔਰਤ ਦਾ ਜਾਗਣਾ ਹੀ ਜ਼ਰੂਰੀ ਹੈ ਸੁੱਤੀ ਰਹੀ ਤਾਂ ਜ਼ਿਆਤੀਆਂ ਹੋਣਗੀਆਂ ਤੂੰ ਆਪਣੇ ਆਪ ਨੂੰ ਕਮਜ਼ੋਰ ਸਮਝਿਆ ਤਾਂ ਜ਼ਿਆਤੀਆਂ ਹੋਈਆਂ ਜਦੋਂ ਜਾਗ ਪਈ ਇੱਕੋ ਝਟਕੇ ਨਾਲ ਹੀ ਉਸ ਘਰ ਨੂੰ ਲੱਤ ਮਾਰ ਆਈ ਤੇ ਜੇ ਤੂੰ ਪਹਿਲਾਂ ਹੀ ਜਾਗੀ ਹੁੰਦੀ ਗੱਲ ਹੀ ਹੋਰ ਹੋਣੀ ਸੀ ਭੰਤ ਨੇ ਆਖਿਆ ਫਿਰ ਉਹਨਾਂ ਗੱਲ ਉਹ ਗੱਲਾਂ ਕਰਦੇ ਕਰਦੇ ਹੋਰ ਮੁੱਦੇ ਤੇ ਆ ਗਏ ਗੁਰਬੰਧ ਨਹੀਂ ਗੱਲ ਬਦਲੀ ਟੇਕ ਨੂੰ ਲੰਮੀ ਕੈਦ ਹੋਣੀ ਪਹਿਲਾਂ ਹੀ ਦੇਸੀ ਜਾਂਦੀ ਸੀ ਨਿਕਲਣ ਨੂੰ ਥਾਂ ਹੀ ਨਹੀਂ ਸੀ ਹੁਣ ਅਪੀਲ ਪਾਉਣੀ ਆ ਕਿ ਅਪੀਲ ਤਾਂ ਪਾਤੀ ਆ ਪਰ ਵਕੀਲਾਂ ਦੇ ਘਰ ਭਰਨ ਵਾਲੀ ਗੱਲ ਹੀ ਆ ਜਿਹੜਾ ਢਿੱਡ ਤੋਰਨ ਦਾ ਮਾੜ ਮੋਟਾ ਆਸਰਾ ਉਹ ਅਪੀਲ ਮੂੰਹ ਜਾਊ ਮੁਕਦਮੇ ਚ ਐਂ ਹੁੰਦਾ ਹਾਰ ਸਾਹਮਣੇ ਦਿਸ ਰਹੀ ਹੁੰਦੀ ਆ ਫਿਰ ਵੀ ਪੈਸਾ ਸ਼ਰਮੋ ਸ਼ਰਮੀ ਫੂਕਣਾ ਪੈਂਦਾ ਜੇਲ੍ਹ ਚ ਬੈਠਾ ਆਦਮੀ ਆਪਣੇ ਆਪ ਨੂੰ ਨਵਾਬ ਸਮਝਦਾ ਏ ਉੱਥੇ ਦੂਜਿਆਂ ਦੀ ਰੀਸੇ ਖਰਚਿਆਂ ਦੀ ਕੋਈ ਥਾਂ ਨਹੀਂ ਮੁਲਾਕਾਤਾਂ ਮੂੰਹ ਮੂੰਹੀ ਘਰ ਦੀ ਬਰਬਾਦੀ ਤੀਰਥੋ ਹੌਕਾ ਲੈ ਬੋਲੀ ਹੱਥ ਹਿੱਕ ਨੂੰ ਜਾਂਦਾ ਜਾਂਦਾ ਫੇਰ ਰੁਕ ਗਿਆ ਛਾਤੀ ਦੀ ਪੀੜ ਜਿਵੇਂ ਪੇਣ ਦੀ ਕੋਸ਼ਿਸ਼ ਕੀਤੀ ਮਤਾ ਗੁਰਬੰਤ ਨੂੰ ਪਤਾ ਲੱਗ ਜਾਏ ਇਨਸਾਨ ਦੀ ਨਿੱਕੀ ਜੀ ਗਲਤੀ ਕਿੱਡਾ ਵੱਡਾ ਰੂਪ ਧਾਰ ਲੈਂਦੀ ਹੈ ਫਿਰ ਗਲਤੀ ਤੇ ਗਲਤੀ ਹੁੰਦੀ ਜਾਂਦੀ ਹੈ ਟੇਕ ਬਾਹਰ ਜਾਣ ਦੀ ਜਿੱਦ ਨਾ ਹੀ ਕਰਦਾ ਤਾਂ ਗੁਰਬੰਤ ਨੇ ਆਖਿਆ ਤਾਂ ਤੀਰਥੋ ਬੋਲੀ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਸੰਧੂਰਾ ਸਿੰਘ ਵਰਗਿਆਂ ਹੱਥੋਂ ਕਿੰਨੇ ਘਰ ਬਰਬਾਦ ਹੁੰਦੇ ਆਂ ਵਿਗੜੇ ਨੌਜਵਾਨਾਂ ਨੂੰ ਸੰਭਾਲਣ ਦਾ ਫਰਜ਼ ਨਾ ਲੀਡਰਾਂ ਦਾ ਬਣਦਾ ਪਰ ਇਹ ਉਹਨਾਂ ਨੂੰ ਆਪਣੀ ਬੁੱਕਲ 'ਚ ਲੈ ਥਾਪੜਾ ਦੇ ਦਿੰਦੇ ਆ ਹੁਣ ਤਾਂ ਐਂ ਲੱਗਦਾ ਜਿਵੇਂ ਹਰ ਬੁਰਾਈ ਦੀਆਂ ਜੜਾਂ ਸਰਕਾਰਾਂ ਨਾਲ ਹੀ ਜਾਂ ਜੁੜਦੀਆਂ ਇਹ ਤਾਂ ਹੈ ਪੰਤ ਪਰ ਹੱਲ ਵੀ ਤਾਂ ਕੋਈ ਨਹੀਂ ਹੱਲ ਤਾਂ ਹੈ ਤਿਰਥੋਂ ਹੱਲ ਤਾਂ ਹੈ ਪਰ ਇਹ ਹੱਲ ਇੱਕੋ ਦਿਨ 'ਚ ਹੋਣ ਵਾਲਾ ਨਹੀਂ ਪਹਿਲਾਂ ਲੋਕਾਂ ਨੂੰ ਆਪ ਬਦਲਣਾ ਪਊ ਖਾਸ ਕਰਕੇ ਨੌਜਵਾਨ ਵਰਗ ਨੂੰ ਪਰ ਗੱਲ ਫਿਰ ਉੱਥੇ ਹੀ ਆ ਮੁੱਕਦੀ ਆ ਨੌਜਵਾਨਤਾ ਉਲਝਕੇ ਹਰ ਪਾਸੇ ਰਹਿ ਗਿਆ ਜਦ ਨੀ ਕਮਜ਼ੋਰ ਹੋਵੇ ਮਕਾਨ ਦਾ ਕੀ ਬਣੋ ਹਰ ਕੰਮ ਸਰਕਾਰ ਵਿੱਚ ਤੀਰੀਆਂ ਤੇ ਪੁਲ ਬਣਾਉਣ ਵਾਂਗ ਕਰਦੀ ਐ ਟੁੱਟੀਆਂ ਸੜਕਾਂ ਦੀ ਪੋਚਾ ਪਾਚੀ ਮੇਕਅਪ ਦੀ ਤਰ੍ਹਾਂ ਕੀਤੀ ਜਾਂਦੀ ਐ ਸਮਝ ਹਰ ਕੰਮ ਹੀ ਪੋਚਾ ਪਾਚੀ ਕੁਝ ਦੇਸ਼ ਨੂੰ ਲੀਡਰ ਖਾਈ ਜਾਂਦੇ ਐ ਕੁਝ ਸਾਧ ਸੱਪੇ ਮੈਂ ਤਾਂ ਆਖਿਆ ਇਹ ਸਭ ਨਾਗ ਆ ਕਾਲੀਆਂ ਜੀਭਾਂ ਵਾਲੇ ਜਿਨ੍ਹਾਂ ਦਾ ਜ਼ਹਿਰ ਸਮਾਜ ਚ ਐਡੀ ਛੇਤੀ ਫੈਲਦਾ ਕਾਲੇ ਨਾਗ ਵਾਂਗ ਪਾਣੀ ਨਹੀਂ ਮੰਗਣ ਦਿੰਦਾ ਕਿਹੜੇ-ਕਿਹੜੇ ਨੂੰ ਰੋਈਏ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਗੁਰਪੰਤ ਨੇ ਪੂਰਾ ਲੈਕਚਰ ਝਾੜ ਮਾਰਿਆ ਕਾਸ਼ ਮੈਂ ਤੇਰੀ ਜੀਵਨ ਸਾਥਣ ਬਣ ਸਕਦੀ ਤੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਪਰ ਮੈਂ ਜਿਹੜੇ ਨਰਕ ਭੋਗਣੇ ਸੀ ਉਹ ਕਿਵੇਂ ਭੋਗਦੀ ਤੀਰਥੋਂ ਨਾ ਚਾਹੁੰਦੀ ਹੋਈ ਵੀ ਕਹਿ ਗਈ ਇਹ ਗੱਲਾਂ ਹੁਣ ਟਕੀਆਂ ਰਹਿਣ ਦੇ ਆਪਾਂ ਅੰਦਰੋਂ ਅੰਦਰ ਇੱਕ ਦੂਜੇ ਨੂੰ ਚਾਹੁੰਦੇ ਤਾਂ ਰਹੇ ਪਰ ਮੂੰਹ ਫੁੱਟ ਨਾ ਸਕੇ ਕਾਸ਼ ਆਪਣਾ ਮੂੰਹ ਖੋਲੇ ਹੁੰਦੇ ਸੰਕੋਚ ਦੇ ਤਾਲੇ ਤੋੜੇ ਹੁੰਦੇ ਪਰ ਹੁਣ ਇਹਨਾਂ ਗੱਲਾਂ ਦਾ ਕੋਈ ਹੱਲ ਨਹੀਂ ਰਹੀ ਮੋੜੇ ਨਾਲ ਮੋੜਾ ਜੋੜਨ ਦੀ ਗੱਲ ਲੋਕਾਂ ਨਾਲ ਕੁਝ ਚੰਗਾ ਕਰਨ ਗੁਜ਼ਾਰਨ ਦੀ ਗੁਜਰਨ ਦੀ ਸੋਚ ਲੈ ਮੋੜੇ ਨਾਲ ਮੋੜਾ ਜੋੜਨਾ ਪਈ ਆਜੂ ਮੈਂ ਜਦ ਨੌਕਰੀ ਜੁਆਇਨ ਕੀਤੀ ਸੀ ਸੋਚਿਆ ਸੀ ਸ਼ੁਰੂਆਤ ਹੀ ਇੱਥੋਂ ਕਰਨੀ ਆ ਸਮਝੋ ਸ਼ੁਰੂਆਤ ਹੋ ਚੁੱਕੀ ਆ ਪਰ ਮੈਨੂੰ ਸਦਾ ਹੀ ਇਸ ਗੱਲ ਦਾ ਅਫਸੋਸ ਰਹੂ ਮੇਰਾ ਆਪਣੇ ਅ fırsਰਾਂ ਦੇ ਅੱਗੇ ਰੋਂਦਿਆਂ ਪਿੱਟਦਿਆਂ ਵੀ ਉਹ ਵਾਪਰ ਗਿਆ ਜੋ ਨਹੀਂ ਵਾਪਰਨਾ ਚਾਹੀਦਾ ਸੀ ਗੁਰਬੰਧ ਨੇ ਸੱਜੇ ਖੱਬੇ ਸਿਰ ਮਾਰਿਆ ਜੋ ਹੋਣਾ ਹੁੰਦਾ ਹੋ ਕੇ ਰਹਿੰਦਾ ਭੰਤ ਜੋ ਲਿਖਿਆ ਹੈ ਕੋਣ ਮਿਟੇ ਨਹੀਂ ਨਹੀਂ ਤੀਰਥੋਂ ਨਹੀਂ ਹਾਂ ਧਾਰਨਾ ਹੀ ਤਾਂ ਤੋੜਨੀ ਆ ਜੋ ਹੋਣਾ ਹੁੰਦਾ ਆਪੇ ਆਖਦੇ ਆ ਨਾ ਆਪਣੀਆਂ ਗਲਤੀਆਂ ਦਾ ਭਾਰ ਕਈ ਵਾਰ ਕਿਸੇ ਅਧਿਕ ਸ਼ਕਤੀ ਤੇ ਸੁੱਟ ਦਿੰਨੇ ਆ ਜੋ ਪਤਾ ਨਹੀਂ ਹੈ ਜਾਂ ਨਹੀਂ ਬੰਦਿਆਂ ਦੀ ਕੀਤੀ ਕਤਰੀ ਅਸਮਾਨ ਵੱਲ ਹੱਥ ਕਰ ਉਸ ਤੇ ਹੀ ਸੁੱਟ ਦਿੰਨੇ ਆ ਜਿਵੇਂ ਸਾਰੇ ਮਾੜੇ ਕਰਮ ਕਰਾਉਣ ਦਾ ਠੇਕਾ ਉਸ ਆਪੇ ਲਿਖੇ ਰੱਬ ਨੇ ਹੀ ਲੈ ਰੱਖਿਆ ਹੋਵੇ ਨਹੀਂ ਤੀਰਥੋਂ ਇਹ ਧਾਰਨਾ ਤੋੜਨੀ ਆ ਪੈਣੀਆਂ ਜੋ ਹਜ਼ਾਰਾਂ ਸਾਲਾਂ ਤੋਂ ਧੁਰੀਆਂ ਆਉਂਦੀਆਂ ਇੱਕ ਵਸ ਧਾਰਮਿਕ ਯਾਤਰਾ ਨੂੰ ਜਾ ਰਹੀ ਹੈ ਡਰਾਈਵਰ ਆਪ ਪਾਸੇ ਬੈਠ ਕੰਡਕਟਰ ਨੂੰ ਸਟੀਅਰਿੰਗ ਫੜਾ ਦਿੰਦਾ ਐ ਐਕਸੀਡੈਂਟ ਹੁੰਦਾ ਇੱਕ ਵੀ ਯਾਤਰੀ ਨਹੀਂ ਬਚਦਾ ਹੁਣ ਮੈਂ ਅੱਗੇ ਕੀ ਅੱਖਾਂ ਤੂੰ ਆਪ ਸੋਚ ਰੱਬ ਐਡਾ ਤਾਂ ਨਿਰਦਈ ਨਹੀਂ ਹੋਣਾ ਕਿ ਕੰਡਕਟਰ ਨੂੰ ਥੱਕ ਕੇ ਸਟੀਅਰਿੰਗ ਤੇ ਬਿਠਾਤਾ ਹੋਵੇ ਹਰ ਚੰਗੇ ਮਾੜੇ ਦਾ ਇਨਸਾਨ ਆਪ ਹੀ ਜ਼ਿੰਮੇਵਾਰ ਗੁਰਬਾਣੀ ਵੀ ਇਹੋ ਕਹਿੰਦੀ ਐ ਇਨਸਾਨ ਆਪਣੇ ਕਰਮਾਂ ਦਾ ਫਲ ਭੋਗਦਾ ਐ ਭਾਵ ਕੰਮਾਂ ਦਾ ਫਲ ਭੋਗਦਾ ਐ ਉਹ ਵੀ ਇੱਥੇ ਹੀ ਅੱਗੇ ਜਾ ਕੇ ਨਹੀਂ ਭਾਵ ਮਰ ਕੇ ਨਹੀਂ ਤੂੰ ਇਹ ਸਭ ਸਿੱਖਿਆ ਕਿੱਥੋਂ ਆ 10ਵੀਂ ਚ ਪੜਦੇ ਆ ਇੱਕ ਕਾਮਰੇਟ ਸੋਚ ਰੱਖਣ ਵਾਲੇ ਟੀਚਰ ਨਾਲ ਵਾਪਿਆ ਸੀ ਉਹ ਆਪਣੇ ਪੀਰੀਅਡ ਦਾ ਕੁਝ ਹਿੱਸਾ ਇਸ ਵਿਸ਼ੇ ਤੇ ਗੱਲਬਾਤ ਕਰਦਾ ਸੀ ਉਹਨੂੰ ਸੁਣਨ ਵਾਲੇ ਸਾਹ ਰੋਕ ਲੈਂਦੇ ਸੀ ਇਹੋ ਜਿਹੇ ਆਦਮੀ ਮੈਂ ਨਹੀਂ ਵੇਖਿਆ ਭਾਲੇ ਅੱਜ ਤੱਕ ਉਹਦੇ ਆਪਣੇ ਘਰ ਭੰਗ ਭੁੱਜਦੀ ਸੀ ਪਰ ਫੇਰ ਵੀ ਉਹ ਆਪਣੀ ਤਨਖਾਹ ਨਾਲ ਕਈ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦਾ ਸੀ ਬੜੇ ਕਮਾਲ ਦਾ ਬੰਦਾ ਸੀ ਉਹ ਸਕੂਲ ਦੀ ਸਫਾਈ ਸੇਵਕਾ ਦਾ ਘਰ ਵਾਲਾ ਬਿਮਾਰ ਸੀ ਸਫਾਈ ਸੇਵਕ ਆਪਣੀ ਤੰਗੀ ਤੁਰਸ਼ੀ ਦਾ ਰੋਣਾ ਰੋ ਰਹੀ ਸੀ ਘਰ ਵਾਲੇ ਦਾ ਆਪਰੇਸ਼ਨ ਹੋਣਾ ਸੀ ਪੈਸੇ ਨਹੀਂ ਸੀ ਉਸ ਟੀਚਰ ਨੇ ਆਪਣੀ ਸਾਰੀ ਤਨਖਾਹ ਹੀ ਉਹਦੀ ਝੋਲੀ ਚ ਪਾਤੀ ਸੀ ਆਪ ਸਕੂਟਰ ਚ ਪੈਟਰੋਲ ਲਈ ਕੋਈ ਪੈਸਾ ਨਹੀਂ ਰੱਖਿਆ ਉਹ ਪੈਸੇ ਨਾ ਦਿੰਦਾ ਤਾਂ ਸਵਾਈ ਸੇਵਕਾ ਦੇ ਘਰ ਵਾਲਾ ਨਹੀਂ ਬਚਦਾ ਸੀ ਉਹਦੀ ਮੌਤ ਯਕੀਨੀ ਸੀ ਆਪ ਉੱਟ ਡੰਪ ਡੋਂ ਭੁੱਖਾ ਰਹਿ ਲੰਦਾ ਪਰ ਆਪਣੀ ਰੋਟੀ ਕਿਸੇ ਭੁੱਖੇ ਦੇ ਹੱਥੇ ਧਰ ਦਿੰਦਾ ਮਾਸਟਰ ਚੜਤ ਸਿਓ ਵੀ ਜਾਣਦਾ ਸੀ ਉਹਨੂੰ ਇਹੋ ਜਿਹੇ ਟਾਵੇਂ ਟਾਵੇਂ ਮਨੁੱਖੀ ਹੁੰਦੇ ਆ ਮੈਂ ਤੈਨੂੰ ਇੱਕ ਗੱਲ ਆਖਾਂ ਮੰਨੇਗੀ ਜੇ ਮੰਨਣ ਵਾਲੀ ਹੋ ਜ਼ਰੂਰ ਮੰਨੋ ਜ਼ੁਬਾਨ ਨਹੀਂ ਫੜਾਉਂਦੀ ਤੀਰਥੋਂ ਨੇ ਆਖਿਆ ਹੱਥ ਵੀਰ ਕੇ ਛਾਤੀ ਵੱਲ ਗਿਆ ਮੂੰਹ ਨੀਲਾ ਪੈ ਗਿਆ ਛਾਤੀ 'ਚ ਦਰਦ ਤਿੱਖਾ ਉੱਠਿਆ ਸੀ ਕੀ ਗੱਲ ਗੁਰਬੰਤੋਂ ਦਾ ਬਦਲਦਾ ਚਿਹਰਾ ਵੇਖ ਬੋਲਿਆ ਕੁਛ ਨਹੀਂ ਤੂੰ ਗੱਲ ਕਰ ਕੀ ਕਰਦਾ ਸੀ ਤੂੰ ਵਿਆਹ ਕਰਵਾ ਲੈ ساری ਉਮਰ ਐਂਕੇਵੇਂ ਬੈਠੀ ਰਹੇਂਗੀ ਗੁਰਬੰਤ ਨੇ ਆਖਿਆ ਨਹੀਂ ਵਿਆਹ ਬਾਰੇ ਤਾਂ ਮੈਂ ਸੋਚ ਹੀ ਨਹੀਂ ਸਕਦੀ ਖੂਚੋਂ ਨਿਕਲ ਖਾਤੇ 'ਚ ਪੈਣਾ ਕਿੱਧਰ ਲਈ ਅਕਲਮੰਦੀ ਐ ਹਰ ਵੇਲੇ ਪੁੱਠੀ ਨਹੀਂ ਸੋਚੀਦੀ ਜ਼ਰੂਰੀ ਨਹੀਂ ਇਸ ਵਾਰ ਵੀ ਤੂੰ ਆਪਣੀ ਕੀਤੀ ਗੱਲ ਤੇ ਹੀ ਕਿਉਂ ਕਾਟਾ ਮਾਰਦਾ ਅਜੇ ਹੁਣ ਆਖੇ ਹਟਿਆ ਆਪਣੇ ਹਿੱਤ ਤਿਆਗ ਲੋਕ ਹਿੱਤਾਂ ਲਈ ਸੋਚਣਾ ਹੀ ਜ਼ਿੰਦਗੀ ਐ ਹੁਣ ਮੈਨੂੰ ਫੇਰ ਕਿਸੇ ਪੰਗੀ ਪੋਸਤੀ ਦੇ ਲੜ ਮੜਨ ਦੀਆਂ ਨਸੀਤਾਂ ਦੇ ਰਿਹਾ ਆਖ ਤੀਰ ਤੋਂ ਉੱਠ ਰਹੀ ਪੀੜ ਜਿਵੇਂ ਦੰਦ ਘੁੱਟ ਪੀ ਗਈ ਸਾਰੀ ਦੁਨੀਆ ਪੰਗੀ ਪੋਸਤੀ ਨਹੀਂ ਧੁਰੀ ਫਿਰਦੀ ਚੰਗੇ ਇਨਸਾਨਾਂ ਦਾ ਵੀ ਇਸ ਦੁਨੀਆ 'ਚ ਘਾਟਾ ਨਹੀਂ ਗੁਰਬੰਤ ਚਾਹੁੰਦਾ ਸੀ ਕਿ ਤੀਰਥੋ ਹਾਂ ਆਖੇ ਤਾਂ ਮਿਲ ਵਿੱਚ ਹੀ ਕੋਈ ਸਾਉ ਮੁੰਡਾ ਵੇਖ ਲਵੇ ਤੂੰ ਆਪਣੀ ਦੁਨੀਆ ਵਸਾ ਤੂੰ ਸਾਨੂੰ ਖੁਸ਼ ਵੇਖ ਖੁਸ਼ ਹੋ ਲਿਆ ਕਰ তীর্থੂ ਆਖੋ ਟਖਲੋਤੀ ਗੁਰਬੰਦ ਨੇ ਵੀ ਆਪਣੇ ਲਿਬੜੇ ਹੱਥ ਧੋਣ ਲਈ ਸਾਬਣ ਚੱਕ ਲਿਆ ਟੱਕੀ ਮਾਰ ਉਹਨੇ ਮੋਟਰਸਾਈਕਲ ਲਿਸ਼ਕਣ ਲਾਤਾ ਸੀ ਤੇ ਦਿਨ ਛਿਪਣ ਵਾਲਾ ਸੀ ਪਰ ਧੰਨੋ ਅਜੇ ਤੱਕ ਮੁੜੀ ਨਹੀਂ ਸੀ ਧੰਨਵਾਦ